ਸਭ ਕੁਝ ਜੀ ਇਹਨੂੰ ਖੋਲ ਦੋ ਇਹਨੂੰ ਖੋਲ ਜੀ ਸਾਡੀਆਂ ਹੋਰ ਆ ਗਈਆਂ ਜੀ ਇੱਕ ਦੋ ਤਿੰਨ ਆਪਾਂ ਆਫ ਰੋਡਿੰਗ ਚਲਾਉਣੀ ਗੁੱਟੀਆਂ ਸਾਰੀਆਂ ਸੋਹਣੀਆਂ ਵਾ ਪਰ ਮੈਨੂੰ ਨਾ ਪੇੜ ਲੱਗਣੀ ਆ ਵੀਲਾਂ ਦੇ ਬਿਨਾਂ ਦੀ ਲੁੱਕ ਆ ਓਏ ਹੋਏ 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 ਲਾ ਕੁਝ ਨਹੀਂ ਹਾ ਕਿੰਨੇ ਦਾ ਇਹ ਮਤਲਬ ਕਿੰਨੇ ਇੰਚ ਹੈ ਜਾਣਾ ਜੀ ਆ ਜੀ ਚੈੱਕ ਕਰ ਇਹਨਾਂ ਲੈ ਕੇ ਬਹਿਣਾ ਬੰਦਾ ਕੋਈ ਕੀ ਬਾਤ ਹੈ ਸਤਿਕਾਲ ਜੀ ਸਾਰਿਆਂ ਨੂੰ ਲਓ ਵੀ ਯਾਰ ਹੁਣੀ ਚੱਲੇ ਆ ਥਾਰ ਦੇ ਵੇਲ ਪਵਾਉਣ ਜੁੜੇ ਰਹਿਣ ਤੱਕ ਨਾਲ ਤੇ ਕਰਦੇ ਆ ਕਮਾਲ ਆ ਜਾਓ ਫਿਰ ਆ ਜਾ ਭਾਈ ਇੱਧਰ ਕਬੂਆ ਨਹੀਂ ਵੱਜਣ ਡਿਆ ਇੱਕ ਗੱਲ ਤੇ ਕੰਮ ਲਵਾ ਟੀ ਸ਼ਰਟ ਮੈਨੂੰ ਪਰਸੋਂ ਵਾਲੀ ਪਾਉਣੀ ਪਈ ਸ਼ਰਟ ਕੱਲ੍ਹ ਕੱਪੜੇ ਲੈ ਕੇ ਆਏ ਆ ਉਹਨਾਂ ਨੇ ਲਾਇਆ ਨਹੀਂ ਜਗਾੜ ਜਿਹਾ ਬੜਾ ਕੀ ਹੁੰਦਾ ਵਾ ਉਹ ਤਾਂ ਹੀ ਇਹਦਾ ਰੌਲਾ ਪਾਉਂਦਾ ਸੀ ਉਹ ਮੈਜੈਂਟ ਦੀ ਲਾਇਆ ਉਹਨਾਂ ਨੇ ਵੇਖ ਲਾ ਕੁਝ ਨਹੀਂ ਹਾਲ ਮੇਰੀ ਗੱਲ ਸੁਣ ਰਮਣ ਸਕੋਰਪੀ ਕੱਢ ਕੇ ਇੱਧਰ ਲਾ ਦੇ ਆਪਣੀ ਪਾਰਕਿੰਗ ਆ ਆਪਾਂ ਲੈ ਜਾਣੀ ਆ ਇੱਥੇ ਪੱਖੀ ਲੱਗੀ ਰਹੀ ਬਾਅਦ ਚੋ ਕਿਹੜੀ ਹਾਂ ਨਾ ਉਹ ਚੱਕ ਚੱਕ ਲਈ ਗੱਡੀ ਤੂੰ ਆ ਰਮਣ ਕਰ ਮੈਂ ਉੱਥੇ ਆਉਂਦੇ ਫੋਰਚੂਨਰ ਤੇ ਆਉਂਦੇ ਤੂੰ ਖੜ ਪੈ ਰਸਕੋ ਤੇ ਆਪਾਂ ਇੱਦਾਂ ਕਰਾਂਗੇ ਨਾ ਇਹ ਲਾ ਕੇ ਤੇ ਆਪਾਂ ਮੱਥਾ ਟੇਕ ਆਵਾਂਗੇ ਗੁਰੂ ਮਹਾਰਾਜ ਦੇ ਦੱਸਿਆ ਮੈਂ ਉਹਨਾਂ ਚਿਰ ਨਹੀਂ ਚਲਾਉਣੀ ਜਿੰਨਾ ਚਿਰ ਉਹਨੂੰ ਵੀਲ ਨਹੀਂ ਪੈਂਦੇ ਇਹ ਮੈਂ ਕਰ ਦਿੰਦਾ ਉੱਥੇ ਲੈ ਵੀ ਯਾਰ ਰਾਣੀ ਧਮਾਲੀ ਹੋਈ ਆ ਬਾਕੀ ਮਿੱਤਰੋ ਪੈਰਸਕੋ ਚੱਲਦੇ ਹਾਂ ਉਹਨੂੰ ਵੀਲਾਂ ਵਾਸਤੇ ਗੱਡੀ ਦੇ ਕੇ ਫਿਰ ਆਪਾਂ ਬਾਬਾ ਜੀ ਦੇ ਮੱਥਾ ਟੇਕਣ ਚਲ ਜਾਵਾਂਗੇ ਨਾਲੇ ਕੁਛ ਖਾ ਵੀ ਲਵਾਂਗੇ ਅਤੇ ਫਿਲਹਾਲ ਤਾਂ ਚੱਲੀਏ ਪੈਰਸ ਦੇ ਕੋਲ ਤੂੰ ਪਹੁੰਚ ਪੈਰਸਕੋ ਆ ਗਈ ਵੀ ਬਾਕੀ ਦੀ ਫਾਈਨਲ ਲੁੱਕ ਤੁਹਾਨੂੰ ਦਿਖਾਉਂਦੇ ਹਾਂ ਆਹ ਤੇ ਲੁੱਕ ਆਉਣ ਡਈ ਆ ਵੀਲਾਂ ਤੋਂ ਬਿਨਾਂ ਵਾਲੀ ਠੀਕ ਹੈ ਹਜੇ ਨੰਬਰ ਪਲੇਟ ਲੱਗਣੀ ਹੈ ਵੀਲਾਂ ਤੋਂ ਬਿਨਾਂ ਵਾਲੀ ਲੁੱਕ ਆਹ ਵਾ ਅਤੇ ਵੀਲਾਂ ਤੋਂ ਪੈਣ ਤੋਂ ਬਾਅਦ ਲੁੱਕ ਚੈੱਕ ਤੁਹਾਨੂੰ ਕਰਾਵਾਂਗੇ ਜੀ ਤੁਸੀਂ ਡਿਫਰੈਂਸ ਚੈੱਕ ਕਰਿਓਗੇ ਕਿੰਨਾ ਫਰਕ ਪੈ ਜਾਂਦਾ ਇਸ ਚੀਜ਼ ਦੇ ਨਾਲ ਹੈ ਨਾ ਬਾਕੀ ਨਿੱਕੇ ਮੋਟੇ ਕੰਮ ਯਾਰ ਬਹੁਤ ਰਹਿ ਗਏ ਆ ਸਮਾਨ ਨਾ ਕਈ ਚੀਜ਼ਾਂ ਨਹੀਂ ਮਿਲੀਆਂ ਬਾਕੀ ਜਿਹੜੀ ਜ਼ਿਆਦੀਆਂ ਲੋੜ ਹੀ ਉਹ ਮਿਲ ਗਈਆਂ ਬਈ ਇਹਨਾਂ ਉੱਤੇ ਵੀ ਚੀਜ਼ ਕਰਵਾਉਣੀ ਆ ਆਹ ਤੇਲ ਵਾਲਾ ਆਪਾਂ ਜਗਾੜ ਜਾ ਇੰਦਰੋਂ ਖੁੱਲਿਆ ਕਰੋ ਉਹ ਕਰਾਉਣਾ ਜੇ ਬੜਾ ਨਿਗਾ ਨਿਆ ਕੰਮ ਜਿੰਨੇ ਮਰਜ਼ੀ ਪੈਸੇ ਲਾਈ ਜਾਓ ਇਸ ਚੀਜ਼ 'ਤੇ ਯਾਰ ਪੈਸੇ ਜਿਵੇਂ ਤੁਹਾਨੂੰ ਤਾਂ ਨਹੀਂ ਦੱਸੇ ਤੁਸੀਂ ਕਹਿਣਾ ਇੰਨੇ ਪੈਸੇ ਲਾ ਤੇ ਇਹ ਜਿਹੜੇ ਵੀਰ ਦੀਆਂ ਚੀਜ਼ਾਂ ਦੇ ਸ਼ੌਂਕ ਰੱਖਦੇ ਆ ਦੱਸਾਂਗੇ ਉਹਨਾਂ ਨੂੰ ਥੋੜ੍ਹਾ ਟਾਈਮ ਬਾਅਦ ਜੇ ਫਿਲਹਾਲ ਇਹਨੂੰ ਵੀਲ ਪਾਈਏ ਆਪਾਂ ਯਾਰ ਹੁਣੀ ਪਹੁੰਚ ਗਏ ਪੈਰ ਸਭਾ ਦੇ ਕੋਲ ਅਤੇ ਪੈਰ ਸਭਾ ਦੇ ਕੋਲ ਬਾਬੇ ਦੀ ਕਿਰਪਾ ਨਾਲ ਐਤਵਾਰ ਵੀ ਗੱਡੀਆਂ ਲੱਗੀਆਂ ਵੀਰ ਭਰਾ ਟਾਇਰ ਪਾਉਣ ਆ ਚੁੱਕੇ ਨੇ ਇੱਥੇ ਵੀ ਤਾਂ ਯਾਰ ਹੁਣੀ ਪਹੁੰਚ ਚੁੱਕੇ ਨੇ ਅੱਜ ਲਾਵਾਂਗੇ ਇੱਥੇ ਮਹਿਫਲਾਂ ਸ਼ਹਿਫਲਾਂ ਹੈ ਸ਼ਾਮਾਂ ਤਾਂ ਕਿੱਥੇ ਹੀ ਆ ਹੈ ਚਲੋ ਵੀ ਆ ਜਾਓ ਹੁਣ ਵੀ ਰਾਣੀ ਦੇ ਆਪਣੀ ਪਹੁੰਚ ਚੁੱਕੀ ਆ ਪੈਰਸ ਦੇ ਕੋਲ ਇਹਨੇ ਫਾਈਨਲ ਲੁੱਕ ਕੀ ਆਉਂਦੀ ਇਹਦੀ ਆ ਜਾ ਵੀ ਆ ਜਾ ਵੇ ਬੱਲੇ ਬੱਲੇ ਲਾ ਲਓ ਆ ਪਿਆ ਪੈਰਸਾ ਕੰਮ ਲਾ ਲਓ ਸਾਡੇ ਵਾਲੇ ਵੀਲ ਕਿੱਥੇ ਆ ਕਹਾਂ ਪਏ ਹੈ ਭਾਈ ਥੱਲੇ ਚੱਲੀ ਥੱਲੇ ਚੱਲ ਆ ਜਾ ਫਿਰ ਬਈ ਉਹ ਲੈਟਰ ਰਹਿ ਗਈ ਬੰਦ ਕਰਕੇ ਯਾਰ ਹਰਮਣਾ ਚੱਲੀ ਥੱਲੇ ਫਿਰ ਆ ਕਿੰਨੇ ਇੰਚ 20 ਇੰਚ ਜੇ ਦੱਸੋ ਗੱਡੀ ਆਪਾਂ ਜਿਸ ਹਿਸਾਬ ਨਾਲ ਚਲਾਉਣੀ ਬਾਈ ਬਹੁਤ ਹੈ ਆਪਾਂ ਆਫ ਰੋਡਿੰਗ ਚਲਾਉਣੀ ਆ ਠੀਕ ਹੈ ਬਾਈ ਵਿਖਾ ਨੂੰ ਘੈਣ ਚੱਲ ਅਸੀਂ ਆ ਗਏ ਸਾਡੇ ਇਹ ਸਾਡਾ ਆਪਣਾ ਘਰ ਦਾ ਗਦਾਮ ਇੱਕ ਹਿਸਾਬ ਦਾ ਜਿਹੜਾ ਮਰਜ਼ੀ ਵੀ ਇੱਥੋਂ ਮੈਂ ਖੜ ਸਕਦਾ ਉਹ ਵੀ ਫ੍ਰੀ ਹੈ ਪੈਸੇ ਬਾਅਦ ਚ ਆਧਾਰ ਖੜ ਸਕਦੇ ਆਧਾਰ ਇਸ ਤਰ੍ਹਾਂ ਬਾਈ ਆ ਇਹ ਵੀ ਬਾਈ ਹੈ ਭਾਜੀ ਪੈਸੇ ਦੀ ਮੰਗ ਨਾ ਕੀਤੀ ਜਾਵੇ ਪਹਿਲਾਂ ਬੇਨਤੀ ਕਰਦੇ ਆ ਵੀਲ ਤੇ ਵੀ ਸੁਣਿਆ ਪਰ ਆਪਣਾ ਆਫ ਰੋਡਿੰਗ ਵਾਸਤੇ ਡਰਮ ਵਾਲਾ ਪਾਉਣਾ ਹਰਮਣ ਵੀਲ ਹਨਾ ਆਹ ਵੀਲ ਜ਼ਿਆਦਾ ਆਹ ਵੀ ਵੀਲ ਸੋਹਣਾ ਲੱਗਾ ਮੈਨੂੰ ਤੇ ਆਹ ਵੀਲ ਸੋਹਣਾ ਲੱਗਾ ਆ ਇਹਨਾਂ ਦੋਵਾਂ ਚੋਂ ਕਰਦੇ ਜਾਣੇ ਡੱਬੇ ਹੋਰ ਖੋਲਣ ਵਾਲੇ ਨਾ ਉਹਨਾਂ 'ਚ ਵੇਹਨੇ ਆ ਕਿ ਜੇ ਕੋਈ ਨਵੀਂ ਆਈਟਮ ਕੋਈ ਲੱਭ ਗਈ ਸਾਰੇ ਸੋਹਣੇ ਵੀਲ ਪੀਸ ਸਾਰੇ ਸੋਹਣੇ ਉਹ ਪਰਲਾ 20 ਆ ਆਹ ਜਿਹੜਾ ਇਹ 'ਚ ਬਾਈ ਹੈਗਾ ਇਹ 'ਚ ਆਹ ਵੀ ਸੋਹਣਾ ਪੀਸ ਹੈ ਨਾ ਯਾਰ ਆਹ ਸਾਰੇ 20 ਦੇ ਪੈਰਸ ਆ ਯਾਰ ਆਹ ਤਾਂ ਕਨਫਿਊਜ਼ ਕਰਤਾ ਇੰਨੇ ਵੀਲ ਥੋੜ੍ਹੀ ਤੈਨੂੰ ਕਹਿ ਲਿਆ ਕੇ ਰੱਖੇ ਨੂੰ ਯਾਰ ਬਹੁਤ ਜ਼ਿਆਦਾ ਗਲਤ ਗੱਲ ਆ ਤੇ ਹੈ ਨਹੀਂ ਆਹ ਵੀ ਪੀਸ ਡਿਫਰੈਂਟ ਜਿਹਾ ਹਨਾ ਤੇ ਆਹ ਵੀ ਪੀਸ ਆ ਵੀ ਨਵਾਂ ਆ ਨਾ ਲਕਸ ਐਚ ਡੀ ਦੇ ਬਈ ਯੂਜ਼ ਦੇ ਦੋਨੋਂ ਹਨਾ ਇਹ ਵੀ ਸੋਹਣਾ ਵਿੱਚ ਬਾਈ ਨਹੀਂ ਮਿਲੂਗਾ ਇਹ ਬਈ 20 ਚ ਹੀ ਜਾਂਦਾ 18 ਦੇ 20 ਦੋ ਸਹੀ ਰਹਿੰਦੇ ਇਸ ਚ ਪਰ ਵੀਲੇ ਦੋਵੇਂ ਸੋਹਣੇ ਹੈ ਹਨਾ
ਪਰ ਆ ਵੀ ਵੀਰ ਮੈਨੂੰ ਬਹੁਤ ਸੋਹਣੇ ਲੱਗੇ ਸਾਰੇ ਹੁਣ ਕਨਫਿਊਜ਼ ਕਰਦਾ ਨਾ ਮੈਂ ਦੱਸਾਂ ਮੈਂ ਆ ਤੇ ਬਹੁਤ ਜਿਆਦਾ ਗਲਤ ਕਰ ਲਿਆ ਤੂੰ ਕੀ ਪਤਾ ਲੱਗੀ ਹੈ ਆਪਾਂ ਫਿੱਟ ਕਰਾ ਕੇ ਵੇਖ ਲਾਂਗੇ ਨਾ ਜਾਂ ਦੇ ਕੇ ਸਾਰੇ ਨੂੰ ਪਾ ਦੇ ਹੈ ਦੋ ਦੀ ਕਿਲੋ ਕਰਾ ਦੇ ਵੱਖਰੀ ਆਈਟਮ ਕਰਨੀ ਆ ਵੱਖਰੀ ਕਰ ਦਿੰਦੇ ਆ ਜਿਹੜੀ ਚੰਗੀ ਲੱਗਿਆ ਕਰੋ ਉਹ ਬੈਗ ਵੇਚ ਦਿਆ ਕਰਾਂਗੇ ਹਨਾ ਸਹੀ ਗੱਲ ਲੈ ਵੀ ਆ ਵੀ ਬਿੱਲ ਗੱਡੀ ਨਾਲ ਰੋਜ਼ ਅਲੱਗ ਲੋਏ ਨਾਲ ਫੜ ਕੇ ਪਾਦਰੀ ਬੰਦੇ ਬਾਜ਼ਾਰ ਕਿਹੜੀ ਹੈ ਲੋਏ ਆ ਕਿੱਥੋਂ ਰੇ ਰੋਜ਼ ਨਵੀਂ ਗੱਡੀ ਦੇ ਲੋਏ ਯਾਰ ਆਵੇ ਬੈਠਾ ਜਿਹੜਾ ਵਾਜਿਆ ਕਰਨਾ ਬੇਦਰ ਲਾ ਲੈ ਵਿੱਚ ਸਹੀ ਗੱਲ ਨਹੀਂ ਨਹੀਂ ਆ ਵੀ ਪੈ ਗਏ ਮਤਰੋ ਹੂੰ ਕਢਾ ਲੈ ਭਾਜੀ ਦੋ ਕਢਵਾ ਦਾਂ ਨਹੀਂ ਉਹ ਹੀ ਪੀਸ ਕਢਵਾ ਜੀ ਉਹਨਾਂ ਨੂੰ ਕੋਈ ਪਸੰਦ ਆਇਆ ਫਿਰ ਉਹ ਵੇਖ ਲੈ ਕੱਲ ਆਪਾਂ ਬਣਾ 26 ਪਾ ਲਿਓ ਉਹਦੇ ਨਾਲ ਦਾ ਆ ਨਵੀਂ ਆਈਟਮ ਆ ਗਈ ਆ ਇਹ 20 ਆ ਗਿਆ ਭਾਜੀ ਆ ਬਹੁਤ ਸੋਹਣਾ ਪੀਸ ਹਣਾ ਯਾਰ ਆਪਣੇ ਵਾਲੇ ਦੇ ਵਿੱਚ ਕੱਟ ਸੀ ਨਾ ਇਦਾਂ ਦੂਜੇ ਪਾਸੇ ਆ ਸਿੱਧਾ ਸਿੱਧਾ ਹੀ ਆ ਗਿਆ ਸੋਹਣਾ ਪੀਸ ਹਣਾ ਵੀ ਯਾਰ ਇਹ ਕਿੰਨੇ ਦਾ ਵਾ ਇਹ ਮਤਲਬ ਕਿੰਨੇ ਇੰਚ ਆ ਇਹ 20 ਹੈ ਭਾਜੀ ਇਹ ਚ ਹੋਰ ਕਿੰਨਾ ਦੋ ਸਾਈਜ਼ ਆਏ ਆ 17 ਤੇ 20 17 ਤੇ 20 ਆ ਗਿਆ ਹਨਾ ਇਹ ਵੀ ਚੀਜ਼ ਵੱਖਰੀ ਹੈ ਕਿਉਂਕਿ ਉਹ ਚੀਜ਼ ਦੇ ਵਿੱਚ ਕਨਫਿਊਜ਼ ਸੀ ਨਾ ਸਾਰੇ ਕਿ ਹਾਂ ਵੀ ਜਿੱਦਾਂ ਹੁਣ ਮੈਂ ਕੱਦੂ 'ਚ ਗੱਡੀ ਵਾਰੀ ਸੀ ਜਦੋਂ ਉਦੋਂ ਵੀਰ ਉਦੋਂ ਅਸਲ 'ਚ ਵੀਰਾਂ ਨੂੰ ਪਤਾ ਲੱਗਾ ਕਿ ਇਹਦੇ ਨਾਲ ਆਹ ਵੀ ਡੰਡਾ ਹੈਗਾ ਆ ਵੱਖਰੀ ਚੀਜ਼ ਮੰਗਾਉਣੀ ਆ ਰੱਬ ਵੱਲੋਂ ਕੋਈ ਨਾ ਕੋਈ ਰੱਬ ਵੱਲੋਂ ਆ ਜਾਂਦੀ ਉਹ ਟਾਇਰ ਉਹਦਾ ਕੱਲ ਪਰਸੋਂ ਦਾ ਆਇਆ ਪਿਆ ਸੀ ਤੇ ਕੋਈ ਕੱਲ ਪਰਸੋਂ ਦੀ ਕੋਈ ਥਾਰ ਉਹੋ ਜਿਹੀ ਆਈ ਨੀ ਕਿ ਜਿਨ੍ਹਾਂ ਨੇ ਪਾਉਣਾ ਆਇਆ ਨਹੀਂ ਤੇ ਉਹ ਕਿਸੇ ਵੀਰ ਨੇ ਪਵਾ ਕੇ ਲੈ ਜਾਣਾ ਚਲੋ ਆਪਣੇ ਸਾਰੇ ਭਰਾ ਵਾ ਹਰ ਇੱਕ ਨੂੰ ਆਪੋ ਆਪਣਾ ਸ਼ੌਂਕ ਹੁੰਦਾ ਵਾ ਕਿਸੇ ਨੂੰ ਕਿੱਦਾਂ ਦੇ ਸ਼ੌਂਕ ਹੁੰਦੇ ਕਿਸੇ ਨੂੰ ਕਿੱਦਾਂ ਦੇ ਸ਼ੌਂਕ ਹੁੰਦੇ ਤੇ ਸਭ ਤੋਂ ਮੇਨ ਚੀਜ਼ ਕਈ ਵਾਰ ਲੋਕੀ ਕਹਿੰਦੇ ਨਾ ਕਿ ਉਹਦੀ ਕਾਪੀ ਕਰਦੇ ਆ ਇਹਦੀ ਕਾਪੀ ਕਰਦੇ ਆ ਜਾਂ ਕਈ ਵਾਰ ਸਾਡੇ ਕੋਈ ਸੱਜਣਾਂ ਨੂੰ ਕੋਈ ਮੇਣਾ ਮਾਰਦਾ ਤਾਂ ਢਿੱਲੋ ਦੀ ਕਾਪੀ ਕਰਦੇ ਬਈ ਆਪਾਂ ਸਾਰੇ ਇੱਕ ਦੂਜੇ ਦੀ ਜੇ ਕਾਪੀ ਕਰਦੇ ਆਪਾਂ ਚੰਗੀ ਚੀਜ਼ ਦੀ ਕਰਦੇ ਹਾਂ ਕਦੀ ਇਹ ਗੱਲ ਨਹੀਂ ਸੋਚਣੀ ਠੀਕ ਆ ਹੁਣ ਮੰਨ ਲਓ ਅਸੀਂ ਉਹਨੂੰ ਸਕੋਰਪੀਓ ਨੂੰ ਵੀਲ ਪਾਉਣੇ ਆ ਸਕੋਰਪੀਓ ਜਿਹੜੇ ਫੱਬਦੇ ਉਹ ਪਾਵਾਂਗੇ ਉਹ 'ਚ ਕਾਪੀ ਵਾਲੀ ਕਿਹੜੀ ਗੱਲ ਹੋ ਗਈ ਹੈ ਨਾ ਉਹ ਸਦਾ ਆਪਣੇ ਤੋਂ ਪਹਿਲਾਂ ਬਾਹਰ ਕਿਸੇ ਨੇ ਪਾਏ ਹੋਣੇ ਜਾਂ ਆਪਾਂ ਇੱਥੇ ਪਾਏ ਆ ਪਹਿਲਾਂ ਜਾਂ ਕੋਈ ਨਾ ਕੋਈ ਜੇ ਚੀਜ਼ ਚੰਗੀ ਲੱਗਦੀ ਫਿਰ ਹੀ ਉਹਦੀ ਕਾਪੀ ਹੁੰਦੀ ਆ ਅਤੇ ਕਾਪੀ ਵੀਰ ਭਰਾ ਇੱਕ ਦੂਜੇ ਦੇ ਕਰਦੇ ਹੁੰਦੇ ਆ ਹੈ ਨਾ ਇਹ ਚੀਜ਼ ਨਹੀਂ ਨੈਗੇਟਿਵ ਨਹੀਂ ਸੋਚਣਾ ਪੋਜ਼ੀਟਿਵ ਸੋਚਣਾ ਕਿ ਸਾਡੇ ਭਰਾ ਨੇ ਹੁਣ ਇਹੋ ਜਿਹੇ ਪੰਜਾਬ 'ਚ ਇਹੋ ਜਿਹੇ ਬੰਦੇ ਜਿਨ੍ਹਾਂ ਨੇ ਥਾਲਾਂ ਤਿਆਰ ਕਰਾਈਆਂ ਵਾ ਆਪਾਂ ਵੀ ਉਹਨਾਂ ਵੱਲ ਵੇਖ ਕੋਈ ਨਾ ਕੋਈ ਚੀਜ਼ ਚੁਪਵਾ ਸਕਦੇ ਹਾਂ ਹੈਗੇ ਤਾਂ ਆਪਣੇ ਭਰਾ ਵਾ ਆਪਣੇ ਪੰਜਾਬੀ ਭਰਾ ਵਾ ਨਾ ਹਮੇਸ਼ਾ ਇੱਕ ਦੂਜੇ ਨੂੰ ਸਪੋਰਟ ਕਰਨੀ ਆ ਸਾੜਾ ਨਹੀਂ ਕਰਨਾ ਓਕੇ ਲਵ ਯੂ ਆ ਸਾਰਿਆਂ ਨੇ ਰਲ ਮਿਲ ਕੇ ਰਿਹਾ ਕਰੋ ਇੱਥੋਂ ਕੁਛ ਨਹੀਂ ਲੈ ਜਾਣਾ ਉਹ ਵੀ ਗੁਰੂ ਮਹਾਰਾਜ ਦਰਸ਼ਨ ਮਿਲੇ ਤਾਂ ਆਪਾਂ ਕਰ ਲਏ ਪਰ ਨਾ ਇੱਕ ਲੋਕਾਂ ਦਾ ਨਾ ਮੈਂ ਸੱਚੀ ਦੱਸਾਂ ਆਪਣੇ ਇਸ ਟਾਈਮ ਪੰਜਾਬ 'ਚ ਇੰਨਾ ਕੁ ਬੁਰਾ ਹਾਲ ਆ ਨਾ ਕਿ ਜ਼ਮੀਰ ਸੱਚੀ ਮਰ ਗਈ ਯਾਰ ਪਹਿਲੀ ਗੱਲ ਤਾਂ ਪਤਾ ਨਹੀਂ ਪਿੱਛੇ ਜੇ 20 ਵਲੋਗਾਂ 'ਚ ਗੱਲ ਕਹੀ ਹੋਣੀ ਕਿ ਗੁਰੂ ਮਹਾਰਾਜ ਦੇ ਘਰ ਦਰਸ਼ਨ ਕਰ ਲੈਂਦੇ ਕਰੋ ਫੋਟੋ ਬਾਹਰ ਪਾਰਕਿੰਗ ਖਿੱਚ ਲਿਆ ਕਰੋ ਜਾਂ ਤੁਸੀਂ ਵੀ ਆਪਣੀਆਂ ਸਾਰੀਆਂ ਮੰਗਾਂ ਲੈ ਕੇ ਮਹਾਰਾਜ ਜੀ ਦੇ ਘਰ ਆਉਂਦੇ ਜੇ ਅਰਦਾਸ ਬੇਨਤੀ ਕਰਨੀ ਹੁੰਦੀ ਆ ਠੀਕ ਆ ਪਹਿਲਾਂ ਜਾਂਦਿਆਂ ਚਲੋ ਮਿਲੇ ਕਿੰਨੇ 10-15 ਜਾਣੇ ਹੋਣਗੇ ਮੈਂ ਸਾਰਿਆਂ ਨੂੰ ਸਾਸੀ ਵਾਲਾ ਬੁਲਾਈ ਹੱਥ ਜੁੜ ਕੇ ਵੀਰੇ ਦਰਸ਼ਨ ਮੇਲੇ ਕਰ ਲੈਂਦੇ ਆਪਾਂ ਟੇਕਦੇ ਹਾਂ ਮੈਨੂੰ 5 ਮਿੰਟ ਦਿਓ 10 ਮਿੰਟ ਦਿਓ ਕੋਈ ਨਹੀਂ ਵੀਰ ਜੀ ਇਹਨੂੰ ਛੇਤੀ ਆ ਉਹ ਬਈ ਤੁਹਾਨੂੰ ਛੇਤੀ ਜੇ ਮੈਂ ਨਾ ਇੱਥੇ ਆਉਂਦਾ ਫਿਰ ਚੰਗੇ ਨਹੀਂ ਲੱਗੀਦਾ ਯਾਰ ਆਪਾਂ ਉੱਥੇ ਫੋਟੋਆਂ ਕਰੀ ਜਾਂਦੇ ਸੈਲਫੀਆਂ ਤੁਸੀਂ ਲਈ ਜਾਂਦੇ ਕੋਈ ਇੱਥੇ ਦੁੱਖ ਤਕਲੀਫ ਨੂੰ ਆਇਆ ਹੁੰਦਾ ਕਿਹਦਾ ਕਿੰਨਾ ਕੁ ਦੁਖੀ ਹੁੰਦਾ ਕਹਿੰਦਾ ਇਹਨਾਂ ਦਾ ਇੱਥੇ ਵੀ ਆਹ ਹਾਲ ਆ ਠੀਕ ਆ ਉਹ ਤੋਂ ਬਾਅਦ ਜੇ ਗੁਰੂ ਮਹਾਰਾਜ ਦਰਸ਼ਨ ਮੇਲੇ ਕਰਕੇ ਬਾਹਰ ਆਏ ਹਾਂ ਚਲੋ ਖਿਚਾਉਣ ਲੱਗ ਪਏ ਫੋਟੋ ਚਲੋ ਠੀਕ ਆ ਨਹੀਂ ਮੰਨਣੀ ਕਈਆਂ ਨੇ ਕਈਆਂ ਨਾ ਢੀਠ ਹੁੰਦੇ ਕਿ ਗੁਰੂ ਮਹਾਰਾਜ ਨੂੰ ਘਰ ਵੀ ਨਹੀਂ ਬਖਸ਼ਦੇ ਉੱਥੇ ਵੀ ਲਾਈਕ ਵੀ ਉਹਦੇ ਚੱਕਰ ਤੁਰੇ ਫਿਰਦੇ ਆ ਅਤੇ ਫੋਟੋਆਂ ਕਰਾਉਣ ਲੱਗ ਪਏ ਤਾਂ ਉੱਥੇ ਵੀਡੀਓ ਬਣਾਈ ਜਾਂਦੇ ਅਤੇ ਬਾਅਦ 'ਚੋਂ ਪਿੱਛੇ ਗਾਣਾ ਲਾ ਦੇਣਾ ਉਹਨਾਂ ਨੇ ਗੁਰੂ ਘਰ ਨੂੰ ਨਹੀਂ ਬਖਸ਼ਦੇ ਆਹ ਹਾਲ ਆ ਲੋਕਾਂ ਦਾ ਯਾਰ ਮੇਰਾ ਭਰਾ ਇਹੋ ਜਿਹੇ ਬੰਦੇ ਮੈਨੂੰ ਨਾ ਮਿਲਿਆ ਕਰੋ ਯਾਰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਵਾਂ ਆਪਾਂ ਬਾਹਰ ਕਿੰਨਾ ਕੁਛ ਕਰੀਦਾ ਔਰ ਮੈਂ ਉਹਨੂੰ ਆਖਿਆ ਮੈਂ ਵੀਰ ਦਰਬਾਰ ਤੋਂ ਬਾਹਰ ਚਲ ਜਾਂਦੇ ਹਾਂ ਜਿੰਨੀਆਂ ਮਰਜ਼ੀ ਖਿੱਚ ਲਈ ਮੇਰਾ ਭਰਾ ਅਸੀਂ ਦੂਰੋਂ ਆਏ ਹਾਂ ਯਾਰ ਮੇਰੇ ਕਰਕੇ ਆਏ ਜੇ ਤੁਸੀਂ ਜਿਹਦੇ ਘਰ ਆਏ ਜੇ ਉਹਦੇ ਦਰਸ਼ਨ ਮੇਲੇ ਕਰੋ ਜਿਹੜਾ ਟਾਈਮ ਤੁਸੀਂ ਮੇਰੇ ਪਿੱਛੇ ਖਰਾਬ ਕਰਨ ਦੇ ਉੱਥੇ ਗੁਰੂ ਮਹਾਰਾਜ ਦਾ ਪਾਠ ਕਰੋ ਹੈ ਅਰਦਾਸ ਬੇਨਤੀ ਕਰੋ ਸੇਵਾ ਕਰੋ ਤੁਹਾਡੇ ਕਿਤੇ ਲੇਖੇ ਲੱਗ ਜੂਗੀ ਮੈਂ ਤੁਹਾਨੂੰ ਕੀ ਦੇਣਾ ਆਪਣਾ ਤਾਂ ਆ ਫੋਟੋਆਂ ਵਾਲਾ ਕੰਮ ਤਾਂ ਬਾਹਰ ਵੀ ਚੱਲਦਾ ਰਹਿਣਾ ਬਾਹਰ ਜਿੰਨੀ ਮਰਜ਼ੀ ਕਰਾ ਲਓ ਯਾਰ ਉੱਥੇ ਹਜ਼ਾਰਾਂ ਲੋਕ ਇਹੋ ਜਿਹੇ ਆ ਜਾਂਦੇ ਕਿ ਜਿਹੜੇ ਵਿਚਾਰੇ ਬਹੁਤ ਤੰਗ ਪਰੇਸ਼ਾਨ ਹੁੰਦੇ ਆਪਣੇ ਵਾਲੇ ਵੇਖ ਕੇ ਉਹਨਾਂ ਵੀ ਕਹਿਣਾ ਇਹ ਵੇਖ ਲਾ ਇੱਥੇ ਵੀ ਨਹੀਂ ਅੜਦੇ ਫੁਕਰੇ ਹਨਾ ਚੰਗੇ ਨਹੀਂ ਲੱਗੀਦਾ ਸਿਆਣੇ ਬਣੋ ਮੇਰਾ ਭਰਾ ਉਹ ਵੀ ਨਿਆਣੇ ਜਿਹੜੇ ਨਿਆਣੇ ਬੱਚੇ ਉਹ ਸਮਝਦੇ ਆ ਜਿਹੜੇ ਸਾਡੇ ਵਰਗੇ ਮੇਰੇ ਹਾਣੀ ਨਾ ਉਹ ਆ ਕੰਮ ਕਰਨ ਡੇ ਅੱਜ ਸੱਜੀਆਂ ਸਾਡੀਆਂ ਹੋਰ ਆ ਗਈਆਂ ਜੀ ਗੈਂ ਗੈਂਡੀ ਇਕੱਠੀ ਹੁੰਦੀ ਹੌਲੀ ਹੌਲੀ ਵੇ ਪੈਰਸਾ ਵੇ ਪਾ ਦੇ ਸਾਨੂੰ ਵੀਲ ਬੂਲ ਜੇ ਵੇ ਭਾਊ ਇੱਕ ਉਹ ਚਿੱਟੀ ਖਲੋਤੀ ਨਵੀਂ ਹਨਾ 4x2 ਆਈ ਜਿਹੜੀ ਇੱਕ ਆਹ ਖਲੋਤੀ ਤੇ ਇੱਕ ਸਾਡੀ ਰਾਣੀ ਆਹ ਖਲੋਤੀ ਬਿਨਾਂ ਨੰਬਰ ਤੋਂ ਐ ਰਮਾਨਾ ਜੀ ਆਉਂਦੇ ਨੇ ਤੁਰੇ ਸਾਡੇ ਸਿੰਗਰ ਸਾਹਿਬ ਕਿਆ ਬਾਤ ਹੈ ਮੇਰੇ ਵੀਰੋ ਐ ਅੱਜ ਥਾਰਾਂ ਥਾਰਾਂ ਕੀਤੀ ਪਏ ਕਾਹ ਲੱਗੀ ਥਾਰ
ਬੰਦੇ ਜਿਹੜੇ ਆਪਣੇ ਸਪੋਰਟ ਕਰਦੇ ਵਿਚਾਰੇ ਹੈ ਅਸੀਂ ਹੋਰ ਇੰਟਰਸਟਿੰਗ ਚੀਜ਼ਾਂ ਹੋਰ ਕਰਨੀਆਂ ਫਿਰ ਜੀ ਸਪੋਰਟ ਦੇਖ ਕੇ ਪਰ ਜਿਹੜੀ ਚੀਜ਼ ਆਪਾਂ ਪਿੰਡ ਚ ਕਰਨੀਆਂ ਨਾ ਜੇ ਬਾਕੀ ਆ ਉਹ ਸਰਪ੍ਰਾਈਜ਼ ਆ ਜੇ ਤੇ ਵੀਲ ਪੈ ਲੈਂਦਾ ਇੱਕ ਰਾਂ ਜੇ ਪਰ ਨਾਲ ਘਰ ਦੇ ਕੰਮ ਵੀ ਕਰਨੇ ਸਾਲਾ ਬਾਪੂ ਦਾ ਫੋਨ ਆਇਆ ਕਹਿੰਦਾ ਸਾਲੇ ਕਣਕ ਵਢਾ ਲਓ ਕਿ ਇਹਨੂੰ ਆਗੂ ਗੁਲਾ ਜਾਣੀ ਜੇ ਹੈ ਅਸੀਂ ਜਾ ਕੇ ਕਣਕ ਵਢਾਉਣੀ ਆ ਜੇ ਹੋਰ ਵੀ ਕੰਮ ਬੜੇ ਆ ਲੈ ਵੀ ਰੋਟੀ ਪਾਣੀ ਲੇੜ ਕੇ ਵੇਖ ਕਿੱਦਾਂ ਤੁਰੇ ਜਾਂਦੇ ਹੌਲੀ ਹੌਲੀ ਪਹਿਲਾ ਲੋ ਪਾਇਆ ਇੱਧਰ ਵੇ ਪਹਿਲਾ ਲੋ ਚੱਕਰ ਤੋੜ ਗਏ ਆ ਲੋਡ ਨਹੀਂ ਪਾਉਣਾ ਗੱਡੀਆਂ 'ਤੇ ਅਤੇ ਜਾ ਕੇ ਹੁਣ ਵੀਲ ਜਿਹੜੇ ਦੋ ਤਿੰਨ ਪੀਸ ਰਹਿ ਗਏ ਸਿਲੈਕਟ ਕਰਕੇ ਪੈਲਸ ਨੂੰ ਕਹੀ ਤੂੰ ਵੀਲ ਪਾ ਐਂ ਗੇੜੀ ਮਾਰ ਕੇ ਆ ਚੰਦੀਗੜ੍ਹ ਮੋਹਾਲੀ ਦੀ ਪੈਲਸ ਮੇਰੀ ਗੱਲ ਸੁਣ ਇੱਕ ਦੋ ਤਿੰਨ ਤਿੰਨੇ ਪੀਸ ਮੈਨੂੰ ਫਿੱਟ ਕਰਵਾ ਕੇ ਵਿਖਾ ਦੇ ਇੱਕ ਵਾਰ ਠੀਕ ਹੈ ਅਗਰ ਕਰੋਮ ਵਾਲਾ ਰਹਿੰਦੇ ਆਪਾਂ ਗੱਲ ਕੱਦੂ ਕੁੱਦੂ 'ਚ ਵੜਨੀ ਕਰੋਮ ਬਾਜੋ ਨਾ ਛਿੱਲਿਆ ਜਾਣਾ ਸਾਰਾ ਮੇਰੇ ਕੋਲ ਨਹੀਂ ਹਾਂ ਥੋੜ੍ਹੇ ਵੱਡੇ ਵੀਲਾਂ ਕਰੋਮ ਸੋਹਣੀ ਲੱਗਦੀ ਛੋਟੇ ਵੀਲ 'ਚ ਨਹੀਂ ਲੱਗਦੀ ਅਤੇ ਆ 22 ਇੰਚ ਆਪਣੇ ਸਾਰੇ ਡਰੇ ਆ ਨਾ ਜਿਹੜੇ ਇਹ ਏ ਟੀ ਆ ਗਿਆ ਭਾਜੀ ਹਾਂ ਰੋਡ ਕਰੂਜ਼ਰ ਦਾ ਹਾਂ ਇਹ ਆਪਣਾ ਐਟਲੈਂਡਰ ਦਾ ਆ ਗਿਆ ਆਰਟੀ ਇਹ ਨਵਾਂ ਆਇਆ ਨਾ ਜਿਹੜਾ ਰਗਡ ਟੈਰੇ ਨੇ ਮਤਲਬ ਰਗਡ ਟੈਰੇ ਹੁੰਦੇ ਮਤਲਬ ਆਰਟੀ ਟੈਰ ਜਿੱਦਾਂ ਰਫ ਵੀ ਚਲਾ ਸਕਦੇ ਆਪਾਂ ਇਹਨੂੰ ਆਫ ਰੋਡ ਵੀ ਹੁੰਦਾ ਆਨ ਰੋਡ ਵੀ ਯੂਜ਼ ਕਰ ਸਕਦੇ ਆ ਐਮ ਟੀ ਤੋਂ ਬਟ ਇਹ ਘੱਟ ਵਾਲੀ ਕਰਦਾ ਬਹੁਤ ਜ਼ਿਆਦਾ ਜਿਹੜਾ ਐਮ ਟੀ ਹੁੰਦੇ ਮਲ ਟੈਰੇ ਜਿਹੜਾ ਆਪਾਂ ਪਹਿਲਾਂ ਦੇਖਦੇ ਸੀ ਜਿਹੜੇ ਆਪਣੇ ਪੁਰਾਣੇ ਕਾਰ ਚ ਗਏ ਉਸ ਚ ਕੀ ਹੁੰਦਾ ਨਾ ਅਨੀਵਨ ਕਿਸਾਈ ਦੇ ਕਰਕੇ ਆਵਾਜ਼ ਆਣੀ ਸ਼ੁਰੂ ਹੋ ਜਾਂਦੀ ਹੈ ਇਸ ਚ ਉਹ ਚੀਜ਼ ਹਟਣੀ ਆਉਂਦੀ ਗੁੱਟੀਆਂ ਸਾਰੀਆਂ ਸੋਹਣੀਆਂ ਵਾ ਪਰ ਮੈਨੂੰ ਨਾ ਆਹ ਟਾਇਰ ਜ਼ਿਆਦਾ ਸੋਹਣਾ ਲੱਗਾ ਚੌੜਾ ਵੀ ਜ਼ਿਆਦਾ ਲੱਗਦਾ ਵੇ ਇਹਦੀ ਗੁੱਡੀ ਨਾ ਬਰਫੀ ਟਾਈਪ ਗੁੱਡੀ ਨਹੀਂ ਕਹਿੰਦੇ ਆਪਾਂ ਅਲੱਗ ਅਲੱਗ ਹਲੀ ਗੈਪ ਦੂਰ ਦੂਰ ਤੂੰ ਸਾਰੇ ਵੀਲਾਂ 'ਚ ਇਹੋ ਟਾਇਰ ਫਿੱਟ ਕਰਨਾ ਆਹ ਰਹਿੰਦੇ ਬਾਕੀ ਹਾਂ ਚਾਰ ਵੀਲ ਫਿੱਟ ਕਰਾ ਦੇ ਮੈਨੂੰ ਤਿੰਨ ਆਹ ਜਿਹੜੇ ਇੱਕ ਦੋ ਇਹ ਕਿਹੜਾ ਤੂੰ ਕਹਿਣਾ ਦੂਜੇ ਕਦਮ 'ਚ ਪਿਆ ਉਹ ਕਢਵਾ ਦੇ ਹਾਂ ਇਹਨਾਂ ਦੋਨਾਂ ਨੂੰ ਇੱਕ ਸਾਈਡ ਕਰ ਦਿੰਦੇ ਲਿਪ ਵਾਲਿਆਂ ਨੂੰ ਹਾਂ ਤੇ ਇਹਨੂੰ ਇਹਦੇ ਦੋ ਪੀਸ ਕਰ ਦਿੰਦੇ ਇਹ ਦੋ ਪੀਸ ਕਰ ਦੀ ਤਾਂ ਕਿ ਲੋਕਾਂ ਇਹਨਾਂ ਪਤਾ ਲੱਗ ਜਾਏ ਇੰਡੀਆ ਦੀ ਪਹਿਲੀ ਥਾਰ ਹੋਈ ਜਿਸ 'ਚ ਹੋਏਗਾ ਇਹ ਪਹਿਲਾ ਵੀਲ ਮਤਲਬ ਕਿ ਇੰਡੀਆ ਦੀ ਪਹਿਲੀ ਥਾਰ ਆਹ ਵਾਲਾ ਬਸ ਫਿਊਲ ਟਾਈਫੂਨ ਬਸ ਕਰ ਦੇ ਫਿਰ ਮੇਰੀ ਜਾਨ ਆ ਗਏ ਸੀ ਨਾ ਬਾਜ਼ਾਰੋਂ ਕੇ ਆ ਗਏ ਤੁਰ ਫਿਰ ਕੇ ਤੂੰ ਕਰ ਨਜ਼ਰ ਓਕੇ ਮੇਰੀ ਜਾਨ ਆ ਲੈ ਵੀ ਖਾਣ ਪੀਣ ਵਾਲੀ ਚੀਜ਼ ਥੋੜੀ ਛੱਡੀ ਦੀ ਲੱਭ ਮੈਂ ਤੇਰਾ ਫਿਰ ਚੂਰੀ ਆ ਗਈ ਜੇ ਖਾਣ ਵਾਲੀ ਆਪਣੀ ਹੈਂ ਕਿਆ ਪਤਾ ਹੀ ਆਪਣੀਆਂ ਤਾਂ ਨਹੀਂ ਮਿਲਟ ਨਹੀਂ ਪਊਗੀ ਚਲੋ ਲੈ ਵੀ ਯਾਰ ਨਹੀਂ ਤੇ ਘੁੰਮਣ ਫਿਰਨ ਚੱਲੇ ਜੇ ਹੈਂ ਚੂਰੀ ਖਾਵਾਂਗੇ ਨਾਲ ਨਾਲ ਤੇ ਨਾਲ ਨਾਲ ਬੈਲਟ ਲਾਵਾਂਗੇ ਬੈਲਟ ਲਈ ਲੈ ਤੂੰ ਕਿੱਧਰ ਆ ਗਿਆ ਚੂਰੀ ਸ਼ੁਕਰ ਹੈ ਭਰਾਵਾ ਪਹਿਲੀ ਵਾਰ ਚੂਰੀ ਲੈ ਗਿਆ ਨਹੀਂ ਤਾਂ ਸਾਲਿਆ ਨਹੀਂ ਨਸ਼ੇ ਪੱਤੇ ਦਾ ਸਮਾਨ ਲੈ ਕੇ ਆਉਂਦਾ ਹਰ ਵਾਰ ਮੈਂ ਨਾ ਮਿੱਤਰੋ ਕਮੈਂਟ ਪੜਨ ਡਿਆ ਸੀ ਤੇ ਕਮੈਂਟ ਅਥਾਰ ਵਾਲੇ ਬਲੌਗ ਦੇ ਵਿੱਚ ਇੱਦਾਂ ਦੇ ਆਏ ਆ ਕਿ ਕਮੈਂਟ ਪੜ੍ਹਦੇ ਪੜ੍ਹਦੇ ਨਾ ਇੰਨੀ ਕੁ ਜ਼ਿਆਦਾ ਖੁਸ਼ੀ ਹੋਣ ਡੀ ਕਿ ਖੁਸ਼ੀ ਦੇ ਨਾਲ ਹੀ ਮਨ ਭਰ ਆਉਂਦਾ ਕਿ ਇੰਨੇ ਵਧੀਆ ਲੋਕ ਮੇਰੇ ਨਾਲ ਜੁੜੇ ਆ ਮੈਂ ਲੋਕਾਂ ਦੇ ਕਮੈਂਟ ਪੜ੍ਹਦਾ ਕਿ 10 ਕਮੈਂਟ ਚੰਗੇ ਹੁੰਦੇ ਤੇ 15 ਮਾੜੇ ਹੁੰਦੇ ਆ ਤੇ ਆਪਣੇ ਕਮੈਂਟਾਂ ਦੇ ਵਿੱਚ ਇੱਕ ਵੀ ਮੈਂ ਇਹੋ ਜਿਹਾ ਕਮੈਂਟ ਨਹੀਂ ਹੈਗਾ ਜਿਹੜਾ ਮਾੜਾ ਹੋਵੇ ਤੇ ਇੱਥੋਂ ਪਤਾ ਲੱਗਦਾ ਕਿ ਆਪ ਮੇਰੇ ਨਾਲ ਸਾਰੇ ਜਿੰਨੇ ਮੇਰੇ ਭਰਾ ਜੁੜੇ ਸਾਰੇ ਵਧੀਆ ਚੰਗੀ ਸੋਚ ਦੇ ਮਾਲਕ ਆ ਹਾਂ ਇਹ ਜ਼ਰੂਰ ਹੈ ਕਿ ਮੇਰੀਆਂ ਕਮੀਆਂ ਪੇਸ਼ੀਆਂ ਮੈਂ ਤੁਹਾਨੂੰ ਕਿਹਾ ਦੱਸਿਆ ਕਰੋ ਉਹ ਦੱਸਦੇ ਵੀ ਆ ਮੈਂ ਉਹਨੂੰ ਮਾੜਾ ਕਮੈਂਟ ਨਹੀਂ ਗਿਣਦਾ ਕਈਆਂ ਲੋਕਾਂ ਲਈ ਉਹ ਚੀਜ਼ ਦਿਖਾ ਲਓ ਕਿਸੇ ਨੇ ਇੱਦਾਂ ਕਦੋਂ ਕਿਹਾ ਤਾਂ ਸਾਨੂੰ ਮੱਤਾਂ ਕਦੋਂ ਦਿੱਤੀਆਂ ਜੇ ਮੈਂ ਤੁਹਾਨੂੰ ਕੋਈ ਨਾ ਕੁਛ ਸਿਖਾਉਂਦਾ ਰਹਿੰਦਾ ਵਾ ਮੈਂ ਤੁਹਾਡੇ ਤੋਂ ਵੀ ਬੜਾ ਕੁਛ ਸਿੱਖਦਾ ਵਾਂ ਅਤੇ ਸੱਚੀ ਆ ਕਮੈਂਟ ਪੜ੍ਹ ਕੇ ਨਾ ਯਾਰ ਰੂਹ ਹੀ ਖੁਸ਼ ਹੋ ਗਈ ਮਨ ਨਾ ਯਾਰ ਐਡੇ ਸੋਹਣੇ ਸੋਹਣੇ ਕਮੈਂਟ ਜੇ ਮੈਂ ਤੁਹਾਨੂੰ ਸਾਰੇ ਪੜ੍ਹ ਪੜ੍ਹ ਕੇ ਸੁਣਾਉਣ ਡਿਆ ਪਿਆ ਸਾਰੇ ਕਮੈਂਟਾਂ ਦਾ ਐਡਾ ਤਗੜਾ ਵਲੌਗ ਬਣ ਜਾਣਾ ਸਭ ਤੋਂ ਜ਼ਿਆਦਾ ਆਹ ਵਾਲੇ ਥਾਰ ਵਾਲੇ ਇਹਦੇ ਵਿੱਚ ਕਮੈਂਟ ਇੱਕੋ ਜ਼ਿਆਦਾ ਹੈ ਮਤਲਬ ਕਿ ਇਸ ਚੀਜ਼ ਦੇ ਬਹੁਤ ਹੈ ਵੀਰੇ ਥਾਰ ਤੋਂ ਲਈ ਖੁਸ਼ੀ ਸਾਨੂੰ ਹੋਈ ਥਾਰ ਤੁਸੀਂ ਲਈ ਖੁਸ਼ੀ ਸਾਨੂੰ ਹੋਈ ਯਾਰ ਸੱਚੀ ਉਹ ਕਮੈਂਟ ਮੈਂ ਵਾਰ ਵਾਰ ਜਦੋਂ ਪੜ੍ਹਿਆ ਨਾ ਮੈਂ ਕਿਹਾ ਚਲ ਇੱਕ ਨੇ ਦੋ ਨੇ 100 ਕਮੈਂਟ ਪਲੱਸ ਇਹ ਚੀਜ਼ ਦਾ ਆਇਆ ਹੋਣਾ ਯਾਰ ਲਵ ਯੂ ਆ ਮਿੱਤਰੋ ਯਾਰ ਜੀ ਦੇ ਵਸਦੇ ਰਹੋ ਇੱਦਾਂ ਹੀ ਸਪੋਰਟ ਕਰਦੇ ਰਹੋ ਸੱਚੀ ਦੱਸਾਂ ਨਾ ਨਜ਼ਾਰਾ ਬਣਦਾ ਯਾਰ ਬਾਬੇ ਮਤਲਬ ਕਿ ਵਿਊ ਵੀ ਨਾ ਉਹ ਆਹ ਵਾਲੇ ਵਲੌਗ ਨੂੰ ਘੰਟੇ ਦੇ ਵਿੱਚ ਮੈਂ ਤੁਹਾਨੂੰ ਹੁਣੇ ਦੱਸ ਦਿੰਦਾ ਮੈਂ ਨਾ ਐਂਡ ਹੀ ਕਰਾ ਦਿੱਤੀ ਯਾਰ ਸਰਾ ਹਨਾ ਕੋਕਾ ਜਿਹਾ ਕਹਿ ਦਿੰਦੇ ਆ ਬਈ ਹਜੇ
एक घंटे तो घट टाइम हो 29,000 व्यूज लग गया मेरे वास्ते बहुत तगड़ी गल आ क्योंकि अपना नवा चैनल है अपने को कितना टाइम होया कि इन्ने वधिया लोग ते इन्ना प्यार करने वाले भैन भरा नाल जुड़े आ है बाकी पैरिस को चलते हैं थोड़े टाइम तक घूम फिर लीए जिहड़े व्हील आपां गड्डी दे सिलेक्ट कीते सी उह साले विच इक व्हील दे विच ना प्रॉब्लम इह आई कि उह व्हील जिहड़े डब्बे च आया डब्बे उत्ते कवर चढ़िया हुंदा वाइट पेपर हुंदा उहदे नाल कि लीकां ना पैण उह इक व्हील खराब निकल आया यार तो मैं पैरिस नूं कहा मैं हां मैनूं कुछ दिन वास्ते कोई होर व्हील पा दे पर मैं पाउणे उही आ ते उह कहिंदा भाई तुसीं आ जाओ ते हुण आपां जाके चैक करदे मैं अहीं उदों दे इत्थे बैठे अहीं फोन हुणा वी मैं अपना मैं तेरे माणे वीर ने अहीं साइड ते रखी आ गल्लां बातां बड़े बिजी अहीं 2-3 घंटे गल्लां करदे रहे सानूं पता नहीं लगा पर तुहाडे वास्ते कोई ना कोई चीज़ नवीं लै के फिर आवांगे पर छेती अज साडा कोई नुकसान नहीं होया नुकसान कोई नहीं आया ना दा फायदा फायदे ते साडे बाबा रा मालिक करवांदा रहिंदा वा बस इह आ कि ਜਦੋਂ ਚਾਰ ਭਰਾ ਬੈਠੇ ਉਹਨਾਂ ਉਹਨਾਂ ਵਿੱਚ ਕੋਈ ਨਾ ਕੋਈ ਆਪਣਾ ਨਾ ਸਿੱਖਣ ਨੂੰ ਮਿਲ ਹੀ ਜਾਂਦਾ ਤੇ ਅੱਜ ਮੈਨੂੰ ਬਹੁਤ ਘੈਂਟ ਚੀਜ਼ਾਂ ਸਿੱਖਣ ਨੂੰ ਮਿਲੀਆਂ ਤੇ ਜਿਹੜੀਆਂ ਮੈਂ ਤੁਹਾਡੇ ਨਾਲ ਆਉਣ ਵਾਲੇ ਟਾਈਮ 'ਚ ਸ਼ੇਅਰ ਕਰਦਾ ਰਹੂੰਗਾ ਤੇ ਤੁਹਾਡਾ ਵੀ ਨਾਲ ਫਾਇਦਾ ਹੁੰਦਾ ਰਹੂਗਾ ਤੇ ਹੁਣ ਜਾ ਕੇ ਆਪਾਂ ਉੱਥੇ ਵੇਖਣਾ ਵਾ ਕਿ ਪੈਰਿਸ ਕੋਲ ਜਿਹੜੇ ਵੀਲ ਉੱਥੇ ਪਏ ਇਹਨਾਂ ਵਿੱਚੋਂ ਹੋਰ ਕੋਈ ਪੀਸ ਆਪਾਂ ਪਵਾ ਲਈਏ ਤੇ ਤੁਹਾਨੂੰ ਥੋੜ੍ਹੇ ਦਿਨ ਵੇਟ ਕਰਨੀ ਪਊਗੀ ਮੇਰਾ ਭਰਾ ਮੈਨੂੰ ਵੀ ਥੋੜ੍ਹਾ ਮੈਨੂੰ ਹੋਇਆ ਕਿ ਨਹੀਂ ਯਾਰ ਆਹ ਚੀਜ਼ ਕਰਾਉਣੀ ਹੋਈ ਨਹੀਂ ਚਲੋ ਬਾਕੀ ਜੋ ਰੱਬ ਕਰਦਾ ਚੰਗੇ ਲਈ ਕਰਦਾ ਆਪਾਂ ਧੂੜ ਪੁੱਟਣੀ ਜਾ ਕੇ ਪਿੰਡ ਤੁਹਾਨੂੰ ਪਤਾ ਗੱਡੀ ਨਾਲ ਤੇ ਚਲੋ ਕੋਈ ਨੀ ਜਾ ਕੇ ਵੇਹਨੇ ਬਾਬਾ ਸੁੱਖ ਰੱਖੇ ਇੱਥੇ ਵੀ ਢਲਣ ਵਾਲਾ ਇੱਕ ਫਲੈਟ ਹੋਵੇ ਨਾ ਕਿਤੇ ਮਜ਼ਾ ਹੀ ਆਜੂਗਾ ਭਾਵੇਂ ਕਿਰਾਏ ਤੇ ਹੋਵੇ ਮੇਰੀ ਗੱਲ ਸੁਣੋ ਇਹ ਵੀਲ ਚ ਆਹ ਵੀਲ ਆਹ ਪਾ ਦੋ ਪੀਸ ਗੋਦਾਮ ਚ ਪਿਆ ਸੀ ਹੈ ਇਹ ਸਾਡਾ ਗੰਦਾ ਬੜਾ ਰੱਖਿਆ ਨੇ ਸਾਡੇ ਵਾਸਤੇ ਅਸੀਂ ਹੈ ਓਏ ਐਂਡ ਤੇ ਕੱਢ ਕੇ ਲਿਆਂਦਾ ਪੀਸ ਨੇ ਜਦੋਂ ਉਹਨੂੰ ਆਖਿਆ ਨਾ ਕਿ ਅਸੀਂ ਆ ਵੀ ਨਹੀਂ ਪਾਉਣੇ ਆ ਵੀ ਨਹੀਂ ਪਾਉਣੇ ਕਹਿੰਦਾ ਰੁਕ ਜਾ ਤੁਹਾਨੂੰ ਇੱਕ ਆਈਟਮ ਹੋਰ ਪੇਸ਼ ਕਰਕੇ ਦਿੰਦਾ ਹੁਣ ਮੰਨਿਆ ਯਾਰ ਕੱਢਿਆ ਨਾ ਪੀਸ ਵੇਲਾ ਜੇ ਸਾਡਾ ਪਹਿਲਾਂ ਕੱਢ ਦਿੰਦਾ ਅਸੀਂ ਰਹਿ ਪਾਂਗੇ ਰਾਤ ਤੱਕ ਓਦਾਂ ਹੀ ਭਰਾਵਾ ਸਾਨੂੰ ਰੱਖ ਲਈ ਤੇ ਇਹਨੂੰ ਆਹ ਕੰਮ ਕੀਤਾ ਹੁਣ ਆਸ਼ਤਾਨ ਆ ਸਵੇਰ ਦੇ ਇਹਨੂੰ ਖੱਜਲ ਕਰਨ ਡਿਆ ਕਰਦੇ ਹਾਂ ਹੁਣ ਪਾਉਂਦੇ ਆ ਨਹੀਂ ਪੈਰ ਗੁਰੂ ਆਹ ਵੀਲ ਤੂੰ ਸਾਨੂੰ ਸਵੇਰ ਦਾ ਦੇ ਦਿੰਦਾ ਤਾਂ ਅਸੀਂ ਹੁਣ ਪਿੰਡ ਆਉਣਾ ਅਸੀਂ ਹੈਂ ਇੱਧਰ ਵੇਖ ਹਰਮਣ ਇੱਥੋਂ ਵੇਖ ਲੁੱਕ ਕਿਹਦੀ ਆਉਂਦੀ ਹਰ ਇੱਧਰ ਵੇਖ ਗੁਰੂ ਆ ਵੇਖ ਇਹ ਲੁੱਕ ਪੀਲ ਵੱਡਾ ਵੀ ਲੱਗਦਾ ਸੀ ਆਹ ਜਿਹੜਾ ਉਹ ਵੇ ਆ ਵੀ ਹੋਰ ਤਾਂ ਲੱਗਦਾ ਪਰ ਉਹ ਜਿਹੜੀ ਉਹਦੀ ਲੁੱਕ ਆਉਂਦੀ ਨਾ ਉਹ ਕਾਲਰ ਨਹੀਂ ਨਾ ਬਾਲੀ ਬਾਰੋਂ ਸ਼ੁਰੂ ਹੁੰਦਾ ਇਹਦੇ ਚ ਲਿਪ ਕਰਕੇ ਹੁਣ ਉਹ ਫਿਊਲ ਵਾਲਾ ਵਾ ਉਹ ਵੀ ਫਿਊਲ ਦਾ ਓਰੀਜਨਲ ਹੀ ਆ ਉਹ ਹਾਂ ਉਹ ਕਾਉਂਟਰ ਹੈ ਫਿਊਲ ਕਾਉਂਟਰ ਵਾ ਆ ਵੀ ਫਿਊਲ ਦਾ ਓਰੀਜਨਲ ਆ ਇਹ ਟਾਈਫੂਨ ਹੈ ਟਾਈਫੂਨ ਫਿਊਲ ਟਾਈਫੂਨ ਫਿਊਲ ਟਾਈਫੂਨ ਇਹ ਇੰਡੀਆ ਦਾ ਇੱਕ ਪਰਟੀਕੂਲਰ ਨਾਲ ਹੈ ਹਰ ਪਹਿਲੀ ਹੈ ਇੱਕ ਰੂਬੀਕਨ ਚ ਪਿਆ ਬਸ ਪਹਿਲਾਂ ਵਾਈਟ ਕਲਰ ਦੀ ਕਿੱਥੇ ਉਹ ਮੇਰੀ ਗੱਲ ਨਹੀਂ ਮਾਚਲ ਕੌਣ ਲੜੀ ਹੈ ਰੂਬੀਕਨ ਹੀ ਲੈਣੀ ਹੋੜੀ ਉਹ ਹਿਮਾਚਲ ਜੇ ਪਹਿਲਾਂ ਪਿਆ ਨਹੀਂ ਨਹੀਂ ਅਸੀਂ ਇਹੋ ਪਾਉਣਾ ਬਸ ਫਾਰ ਇੰਡੀਆ ਦੀ ਪਹਿਲੀ ਇਹ ਕਰਦੇ ਫਿਰ ਡਨ ਸਾਡਾ ਲਓ ਵੀ ਫਿਰ ਬਾਬੇ ਦੀ ਕਿਰਪਾ ਨਾਲ ਵੇਖ ਲਓ ਫਿਰ ਰੋਕੇ ਹੋ ਜਾਏਗਾ ਕੰਮ ਹੈ ਅਸੀਂ ਕੁਝ ਨਹੀਂ ਕੀਤਾ ਇਹ ਮਾਲਕ ਕਰਾਉਣ ਵਾਲਾ ਅਜੇ ਹੈ ਫਿਰ ਸਾਨੂੰ ਉਹ ਵੀਰ ਮਿਲ ਗਿਆ ਜਿਹੜਾ ਥਾਰ ਕਿਸੇ ਨੂੰ ਨਹੀਂ ਪਿਆ ਹੁਣ ਤੱਕ ਦਾ ਕਿਸੇ ਨੂੰ ਨਹੀਂ ਪਿਆ ਮਿੱਤਰੋ ਓਕੇ ਕਰਤਾ ਜੇ ਫਿਊਲ ਫਿਊਲ ਟਾਈਫੂਨ ਟਾਈਫੂਨ ਕਿਆ ਬਾਤ ਹੈ ਝੋਟੀ ਝੋਟੀ ਕਰਦੀ ਹੈ ਤਿਆਰ ਹੈ ਕਰੋ ਲੈ ਲੁੱਕ ਚੈੱਕ ਕਰੋ ਇਹਦੇ ਇੱਧਰ 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 ਵੇਖ ਕਿਹੜੀ ਜੈਂਬਰ ਲੱਗਦੀ ਹੈ ਪਾਸੇ ਵੇ ਇੱਧਰ ਲੁੱਕ ਵੇਖ ਕਿਹੜੀ ਨਿਕਲ ਕੇ ਆਉਣ ਦੀ ਗੁਰੂ ਆ ਇੱਧਰ ਵੇਖ ਸਭ ਤੋਂ ਵਧੀਆ ਗੱਲ ਹੈ ਕਿ ਨਾ ਹੀ ਆਹ ਟਾਇਰ ਕਿਸੇ ਥਾਰ ਨੂੰ ਪਿਆ ਹੁਣ ਤੱਕ ਨਾ ਆਹ ਗੁੱਟੀ ਕਿਸੇ ਥਾਰ ਨੂੰ ਪਈ ਹੁਣ ਤੱਕ ਤੇ ਨਾ ਹੀ ਆਹ ਵੀਲ ਪਿਆ ਜੀ ਬਲੇਦੀਪ ਕਿਸ ਨੇ ਭਾਈ ਆਵਾਂਗੇ ਅਸੀਂ ਤੂੰ ਜਦੋਂ ਹੋ ਗਈ ਨਾ ਘੰਟੇ ਤੱਕ ਅਸੀਂ ਆ ਜਾਂਦੇ ਹਾਂ ਜੇ ਤਿਆਰ ਹੋ ਗਈ ਫੋਨ ਕਰਦੀ ਕੰਮ ਤਾਂ ਨਾ ਕਰ ਆਈ ਕੋਈ ਆ ਗਏ
लेट थोड़ा जा क्योंकि आप सवेरे अज बाबा जी दरगाह ते गए ही पीरां दी जगह ते उत्थे दर्शन करके ते फिर अज ऐतवार ही हैगे वेले ही हुण मैं क्या इधर ही बाबा जी दर्शन मेले कर लिए वेलिया ही करना है वेलिया का दिमाग पुठे पासे जांदा चलो वही चलिए आजा भाई भूख लगी है तुमको चिकन खिलाए चिकन खिलाए तेरे को चिकन तो मैं खाना नहीं है शेक शुक पीने चल ले मित्रा वेलो टाइम करना आ गया जे भी यार होनी ना 12:16 आ गए तो हजे तक गड्डी नु व्हील नहीं पाया पैरस दे काम वेलो सज्जी अड्डी दे हैं अज असल जना तू काम हैगा बड़ा ही गड्डियां गुड्डियां होर भी आईयां पईयां ही कई बार मेरे वर्गे वीर भरा ना जो ना वेले होके आ जाते हैं हम जटा दे आते ना कणक वढ़ी गई पैसा धेला मेरे वर्गे आया वा अज वाह वीर आए दो तीन थारा लगिया ही फॉर्चूनर ही एक पांच थारा ही फॉर्चूनर ही काफी गड्डिया ही यार अज फिर काली नहीं पाई मैं भरा सू एंड कर दी अं तो वेले जे वीर भराए उन्होंने पहला तोरते साढ़े वीर ना पहला पसंद आए जेडे पसंद आए उन्होंने पीस खराब निकलाया रब लाने ना वक्री चीज पैनी ही ਉਹ ਗੋਦਾਮ ਚੋਂ ਪੀਸ ਇੱਕ ਇਹੋ ਜਿਹਾ ਕੱਢ ਲਿਆ ਉਹਨੂੰ ਅਸਲ ਪਤਾ ਸੀ ਇਹਨੂੰ ਪਤਾ ਇਹਨੇ ਵੱਖਰਾ ਪਾਉਣਾ ਇਹਨੇ ਪਾਉਣਾ ਵੀ ਨਹੀਂ ਹੋਣਾ ਉਹਨੇ ਚੀਜ਼ ਮੰਗਾ ਕੇ ਰੱਖੀ ਪੈਰਸ ਨੇ ਐਂਡ ਦਿੱਤੀ ਇਹਨੂੰ ਕੱਢ ਕੇ ਫਿਰ ਉਹਨੇ ਅਈ ਆ ਗਿਆ ਹੁਣ ਗੱਡੀ ਚੈੱਕ ਕਰਦੇ ਹਾਂ ਤੇ ਕਰਤੀ ਓਕੇ ਪੈਰਸ ਹੋਣਾ ਨੇ ਹੈਂ ਅਸੀਂ ਵਿਹਲੇ ਤੁਰਨ ਫਿਰਨ ਡੇ ਜਿਉਂ ਗਏ ਆਪਾਂ 10 ਵਜੇ ਗਏ ਨਾ ਮੈਂ ਗੱਡੀ ਨਹੀਂ ਚਲਾਈ ਉਦੋਂ ਦੀ ਸੌਂ ਲੱਗੇ ਮੈਂ ਗੱਡੀ ਦੀ ਸੀਟ ਤੇ ਬਹਿ ਕੇ ਤੱਕ ਨਹੀਂ ਵੇਖਿਆ ਚਾਬੀ ਫੜੀ ਉੱਥੋਂ ਵੀ ਚਾਬੀ ਫੜ ਕੇ ਹਰਮਨ ਨੂੰ ਫੜਾ ਦਿੱਤੀ ਤੇ ਅੱਜ ਹੁਣ ਚਲਾ ਕੇ ਵੇਖਣੀ ਆ ਰਾਣੀ मुबारक मैं सौ लगे मैं चला के नहीं वेखी अज तक देखते की लुक निकल के आई है राणी अपनी दे थारा थारा हुई पी इधर भी वीर भरा खलोते है अपा इधर अपने राणी चेक करिए बला बला टीना टूना वे गुरुआ सवेरे तुहानू ना डिटेल दऊ मैं राणी दी की इन लवाया की आप पाया कि पैसे अपने लग गए जे मित्र हुण तक हजे प्लेटां प्लूटां लगनियां ते लुक चेक करो राणी दी ओए होए 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 क्या बात है भई है सवेरे तुहानू करावांगे मित्रो लुक चेक होने दी तवील गए जे पए नू ओए सज्जियां अपनी आउंदियां ने छुटदियां हैं ਲੈ ਬੀ ਮਿੱਤਰ ਕੀ ਆਂਦੀ ਆ ਨਿਸ਼ਾਨੇ मर्जी बह के चला मेरी जान फन करो चाबी किथे आ चेक कर मेरी जान चीजा जेडिया विच लवातियां आपां ना फड़ ਇਹ ਮੇਰਾ ਨਿੱਕਾ ਭਰਾ ਚਲਾਉਣ ਲੱਗਾ ਹੈ ਮਰਜ਼ੀ ਖੜ ਮੇਰੇ ਵੱਲੋਂ ਭਾਵੇਂ ਹੋਣ ਲੈ ਜਾ
ਤੇ ਭਾਵੇਂ ਜਦੋਂ ਮਰਜ਼ੀ ਲੈ ਜਾਈ ਤੈਨੂੰ ਨਾ ਅੱਜ ਤੱਕ ਨਾ ਪਹਿਲਾਂ ਕਦੀ ਕੀਤੀ ਤੇ ਨਾ ਤੈਨੂੰ ਹੁਣ ਕਰਨੀ ਪਹਿਲਾਂ ਕਦੀ ਖੜੀ ਪੁੱਛ ਕੇ ਨਾ ਹੁਣ ਖੜਨੀ ਕਦੀ ਬਸ ਤੈਨੂੰ ਹਾਂ ਹੀ ਆ ਭਾਵੇਂ ਹੁਣੇ ਲੈ ਜਾ ਜਦੋਂ ਤੈਨੂੰ ਮਰਜ਼ੀ ਪਾ ਦੇ ਹੁਣੇ ਭਾਵੇਂ ਰੇਲ ਨੂੰ ਜਾਣ ਮੇਰੀ ਹੈ ਨਹੀਂ ਨਹੀਂ ਚਲਾ ਤੂੰ ਲਓ ਵੀ ਹੈ ਦੀਪ ਓਕੇ ਆਏ ਹਾਏ ਬਸ ਸਸਪੈਂਸ਼ਨ ਕਿੱਟ ਪਾਉਣੀ ਇੱਕ ਵਾਰ ਕਿ ਜਿੱਥੇ ਮਰਜ਼ੀ ਚਾੜ ਦਿਓ ਕੋਈ ਗੱਲਬਾਤ ਹੀ ਨਹੀਂ ਹੈ ਹੈਂ ਫਾਰ ਤਾਂ ਲੱਗ ਗਈ ਉਹ ਥੱਲੇ ਵਾਲੀ ਜੀ ਗਾਈ ਫੋਗ ਓਕੇ ਹੈਂ ਕੀ ਬਾਤ ਹੈ ਇਹੋ ਰੀਤ ਸੀ ਤਿਆਰ ਖੜ ਕਰਕੇ ਪਿੰਡ ਖੜਨੀ ਆ ਤੇ ਹੋ ਗਈ ਉਹ ਪੂਰੀ ਹੈ ਪਿਆਰ ਸਾਹਿਬ ਥੈਂਕ ਯੂ ਭਰਾ ਬਹੁਤ ਬਹੁਤ ਧੰਨਵਾਦ ਤੇਰਾ ਹੈ ਸੱਚੀਏ ਓਕੇ ਰਿਪੋਰਟ ਕਰਾ ਦਾ ਕੰਮ ਹਨਾ ਜ਼ਿਆਦਾ ਲੁੱਕ ਪਤਾ ਕਿੱਦਾਂ ਨਿਕਲ ਕੇ ਆਈ ਹੋ ਜਿਹੜਾ ਟਾਇਰਾਂ ਦੀ ਗੁੱਟੀ ਆਪਾਂ ਚੇਂਜ ਕੀਤੀ ਆ ਹਨਾ ਟਾਇਰਾਂ ਦੀ ਤਾਂ ਆਵਾਜ਼ ਨਹੀਂ ਆਈ ਗੁਰੂ ਆਏ ਹੋਏ ਜਿੱਥੇ ਮਰਜ਼ੀ ਚੜਾ ਮੈਂ ਚੱਕਰ ਹੀ ਕੋਈ ਨੀ ਪੋਗਲੇਟ ਭਰਾ ਕਿੰਨੇ ਦੀ ਆ ਬਾਰਾਂ ਬਾਰਾਂ ਹਜ਼ਾਰ ਦੀ ਹਾਂ ਤੇ ਇਹ ਬਾਰਾਂ ਬਾਰਾਂ ਹਜ਼ਾਰ ਦੀ ਕਿਉਂ ਆ ਜਦੋਂ ਆਪਾਂ ਡਿਪਰ ਮਾਰਦੇ ਆ ਨਾ ਜਦੋਂ ਆਪਾਂ ਡਿਪਰ ਮਾਰਦੇ ਫੋਗਲੇਟਾਂ ਵੀ ਡਿਪਰ ਮਾਰ ਦਿੰਦੀਆਂ ਨਾਲ ਤਾਂ ਆਈਡੀਆਂ ਮਹਿੰਗੀਆਂ ਵਾ ਹਾਂ ਅਜੇ ਲਾਲਾ ਸਾਹਿਬ ਕਹਿੰਦਾ 20% ਕੰਮ ਹੋਰ ਪਿਆ ਜੀ ਤੇ 20% ਦਾ ਕੰਮ ਆਪਾਂ ਹੋਰ ਕਰਾਉਣਾ ਲਾਲ ਸਾਹਿਬ ਕੀ ਕਰਾਉਣਾ ਹੋਊਗਾ ਮੈਂ ਚਲਾ ਕੇ ਵੇਖਿਆ ਰਾਣੀ ਨੂੰ ਬਹਿ ਕੇ ਵੇਖਿਆ ਸੀਟ ਤੇ ਮੈਂ ਨੀ ਬੈਠਾ ਸੱਚੀ ਲੈ ਵੀ ਵਾਹਿਗੁਰੂ ਮਿਹਰ ਕਰੀ ਸੱਚਿਆ ਪਾਤਸ਼ਾਹ ਅੱਜ ਬੈਠਾ ਮੈਂ ਸੀਟ ਤੇ ਗੁਰੂ ਦਾ ਆਵੇ ਨਿਸ਼ਾਨ ਤੇਰੇ ਬਟਨਾਂ ਤੋਂ ਆ ਥੱਲੇ ਵਾਲੀ ਚੇਂਜ ਹੋਣੀਆਂ ਵੇ ਟਾਇਰਾਂ ਵਾਲੀ ਪੈਰਾਂ ਵਾਲੀ ਪੈਰਾਂ ਵਾਲੀਆਂ ਵੇ ਇੱਥੋਂ ਸੱਜਲ ਵਾਲੀ ਚੇਂਜ ਹੋਣੀਆਂ ਵੇ ਹਾਂ ਇਹ ਵੀ ਚੀਜ਼ ਜਗਦੀ ਜਿਹੜਾ ਮਰਜ਼ੀ ਰੰਗ ਕਰ ਲਾ ਆਹ ਵੀ ਚੇਂਜ ਹੁੰਦੇ ਜਾਵੇ ਆਹ ਟੱਕਣ ਜਿਹੜੇ ਨੀ ਵਾਲੇ ਆਹ ਵਾਲੇ ਇਹ ਵੀ ਚੇਂਜ ਹੁੰਦੇ ਇੱਧਰ ਜਿਹੜਾ ਮਰਜ਼ੀ ਰੰਗ ਕਰ ਲਾ ਰੰਗ ਬਿਰੰਗੇ ਜਾਣ ਆਪਾਂ ਕਰਿਆ ਕਰਨੇ ਆ ਤਾਂ ਹੀ ਤਾਂ ਆਪਾਂ ਕਰਾਈ ਆਈਟਮ ਗੁਰੂ ਆ ਲਾ ਬਈ ਮਤਰੋ ਯਾਰ ਹੁਣੀ ਤੇ ਪਹੁੰਚ ਗਏ ਫਲੈਟ ਹੁਣ ਖਿੱਚਦੇ ਆ ਪਿੰਡ ਜਾਣ ਨੂੰ ਪਿੰਡ ਜਾਣ ਦੀ ਤਿਆਰੀ ਤੇ ਟਾਈਮ ਹੋ ਗਿਆ ਜੀ 1:19 ਅਸੀਂ ਸੋਚਣ ਦੇ ਹਾਂ 2 ਘੰਟੇ ਸੌਂ ਲਈਏ 4 ਵਜੇ ਤੁਰਾਂਗੇ ਅਤੇ ਜੇ ਸੌਂ ਕੇ ਉੱਠਿਆ ਨਾ ਗਿਆ ਫਿਰ 6 ਵਜੇ ਤੁਰਾਂਗੇ 6 ਵਜੇ ਤਾਂ ਯਾਰ ਹੁਣੀ ਉੱਠੀ ਪੈਂਦੇ ਆ ਕਿਉਂਕਿ ਹੁਣ ਸਾਡਾ ਇੱਥੇ ਕੋਈ ਕੰਮ ਨਹੀਂ ਕੰਮ ਰਹਿ ਗਿਆ ਬਥੇਰੇ ਅਜੇ ਬੜਾ ਕੰਮ ਉਤਾਰਦਾ ਘੱਟੋ ਘੱਟ 30% ਕੰਮ ਅਜੇ ਹੋਣ ਵਾਲਾ ਰਹਿ ਗਿਆ ਬਸ ਜਿਹੜਾ ਜ਼ਿਆਦਾ ਜ਼ਰੂਰੀ ਉਹ ਅਸੀਂ ਲਿਆ ਕਰਾ ਠੀਕ ਆ ਅਤੇ ਸਵੇਰੇ ਹੁਣ ਜਾ ਕੇ ਪਿੰਡ ਰੈਸਟ ਕਰਾਂਗੇ ਜੇ ਰੈਸਟ ਨਾ ਕੀਤੀ ਨਾ ਮੂਡ ਹੋਇਆ ਤਾਂ ਫਿਰ ਜਾਂਦੇ ਹਾਂ ਪੈਲੀ 'ਚ ਵੜਦਨੀ ਆ ਅਤੇ ਫਿਰ ਤੁਹਾਨੂੰ ਵਿਖਾਉਂਦੇ ਹਾਂ ਵਲੋਗ ਪਰ ਇਹਦਾ ਵਲੋਗ ਗੱਡੀ ਦਾ ਜਿਹੜਾ ਪੈਲੀ 'ਚ ਵੜਨ ਵਾਲਾ ਵਾ ਉਹ ਆਪਣਾ ਇੱਕ ਚੈਨਲ ਆ ਕਰੇਜ਼ੀ ਢਿੱਲੋ ਪ੍ਰੀਤ ਉਹ 'ਤੇ ਆਊਗਾ ਠੀਕ ਆ ਉਹ ਚੈਨਲ ਦਾ ਮੈਂ ਡਿਸਕ੍ਰਿਪਸ਼ਨ ਹੁੰਦਾ ਡਿਸਕ੍ਰਿਪਸ਼ਨ ਹੈ ਡਿਸਕ੍ਰਿਪਸ਼ਨ ਜੋ ਵੀ ਹੁੰਦਾ ਆ ਉਹਦੇ ਵਿੱਚ ਲਿੰਕ ਪਾਇਆ ਚੈਨਲ ਦਾ ਮੈਨਸ਼ਨ ਵੀ ਕੀਤਾ ਆ ਅਤੇ ਉਹ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਇਹਦਾ ਵਲੋਗ ਜਿਹੜਾ ਫੁੱਲ ਵਲੋਗ ਆ ਪੂਰਾ A to Z ਘੁੰਮਾਉਣ ਘੁੰਮਾਉਣ ਦਾ ਜੋ ਇਹਨੂੰ ਕੱਦੂ 'ਚ ਵਾੜਨਾ ਆਪਾਂ ਪੈਲੀ 'ਚ ਵਾੜਨਾ ਤਵੀਆਂ ਪਾਉਣੀਆਂ ਦੇ ਪਿੱਛੇ ਕੁਛ ਵੀ ਕਰਨਾ ਮਤਲਬ ਕਿ ਉਹ ਉਸ ਚੈਨਲ 'ਤੇ ਆਇਆ ਕਰਨਾ ਠੀਕ ਆ ਅਤੇ ਮਿਲਦੇ ਹਾਂ ਸਵੇਰੇ ਨਵੇਂ ਵਲੋਗ ਦੇ ਨਾਲ ਅਤੇ ਲਵ ਯੂ ਮਿੱਤਰੋ ਜਿਹਦੇ ਵਾਸਤੇ ਰਹੋ ਨਜ਼ਾਰੇ ਲਓ ਅਤੇ ਜਦੋਂ ਇੱਥੋਂ ਬੋਰ ਹੋ ਜਾਂਦੇ ਤਾਂ ਰੀਲਾਂ ਰੂਲਾਂ ਇਹਦੀਆਂ ਥਾਰ ਦੀਆਂ ਆਪਣੀਆਂ ਡਰਾਈਵਰ ਦੀਆਂ ਕਿੰਨੀਆਂ ਗੱਡੀਆਂ ਸਾਰੀਆਂ ਦੀਆਂ ਆਪਣੀਆਂ ਉਹ ਇੰਸਟਾਗ੍ਰਾਮ 'ਤੇ ਸਨੈਪਚੈਟ 'ਤੇ ਸਟੋਰੀਆਂ ਵੱਖਰੀਆਂ ਇੰਸਟਾਗ੍ਰਾਮ 'ਤੇ ਕੁਛ ਨਾ ਕੁਛ ਵੱਖਰਾ ਅਤੇ ਯੂਟਿਊਬ 'ਤੇ ਤੁਹਾਨੂੰ ਪਤਾ ਹੀ ਹੈ ਫਿਰ ਕੁਛ ਨਾ ਕੁਛ ਕਰਦੇ ਰਹੀਦਾ ਅਤੇ ਬਾਏ ਬਾਏ ਮਿੱਤਰੋ ਅਤੇ ਇੱਕ ਗੱਲ ਹੋਰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇਹ ਤੁਹਾਨੂੰ ਚੇਤਾ ਭੁੱਲ ਜਾਂਦਾ ਤੁਸੀਂ ਵਲੋਗ ਵੇਖ ਲੈਂਦੇ ਜੇ ਜਿਹੜੇ ਨਵੇਂ ਵੀਰ ਭਰਾ ਆਪਣੇ ਨਾਲ ਜੁੜਦੇ ਆ ਜਾਂ ਮੇਰੀਆਂ ਭੈਣਾਂ ਜੁੜਦੀਆਂ ਉਹ ਵਲੋਗ ਵੇਖ ਲੈਂਦੀਆਂ ਪਰ ਉਹਨਾਂ ਦਾ ਚੈਨਲ ਨੂੰ ਸਬਸਕ੍ਰਾਈਬ ਕਰਨ ਵੱਲ ਧਿਆਨ ਨਹੀਂ ਰਹਿੰਦਾ ਠੀਕ ਆ
ਤਾਂ ਕਰਕੇ ਸਬਸਕ੍ਰਾਈਬ ਕਰਨ ਦਾ ਮੇਨ ਕਾਰਨ ਪਤਾ ਕੀ ਆ, ਤੁਸੀਂ ਇਹਨੂੰ ਸਬਸਕ੍ਰਾਈਬ ਕੀਤਾ ਹੋਊਗਾ ਜਿਹੜਾ ਅਗਲਾ ਵਲੌਗ ਆਉਣਾ ਨਾ, ਜਦੋਂ ਬੈੱਲ ਆਈਕਨ ਨੂੰ ਔਨ ਕਰਕੇ ਰੱਖੋ, ਜਦੋਂ ਵੀ ਵਲੌਗ ਆਊ ਤੁਹਾਨੂੰ ਨੋਟੀਫਿਕੇਸ਼ਨ ਆ ਜਾਣੀ ਆ, ਹੈ ਨਾ। ਉਸ ਚੀਜ਼ ਨਾਲ ਤੁਹਾਨੂੰ ਜਦੋਂ ਬੰਦਾ ਕਿਤੇ ਉੱਦਾਂ ਵਿਹਲਾ ਬੈਠਾ ਹੋਵੇ, ਨੋਟੀਫਿਕੇਸ਼ਨ ਆਵੇ ਤਾਂ ਬੰਦਾ ਖੋਲ੍ਹ ਕੇ ਵੇਖ ਲੈਂਦਾ, ਕਈ ਵਾਰ ਧਿਆਨ ਵੀ ਨਹੀਂ ਹੁੰਦਾ ਬੰਦੇ ਦਾ, ਇਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ। ਸੋ ਮਿਲਦੇ ਹਾਂ ਨਵੇਂ ਵਲੌਗ ਦੇ ਨਾਲ।